भी ये कुछ ना कुछ कर देंगे या फिर केस पा देंगे मेरे ते, है ना। ये रह रहे हैं जी घट्टो घट 6-7 साल हो गए जी, साढ़े उधर अंबाले मतलब बिच बिच आई जाते जी, कदे चले जाते जी। तस्वीरां लुधियाणा दे टिब्बा रोड पुलिस थाने दे बाहर खड़े उस परिवार दियां ने जिन्हां दे पिता दी मौत हो गई है। अते अंबाला रह रहे इस परिवार ने एह इल्जाम लगाए ने कि टिब्बा रोड प्रेम विहार च रह रही औरत कारण एह भाणा वापरिया। पहली पत्नी दे बच्चियां ने इल्जाम लगाउंदिआं किहा है कि उन्हां दे पिता गुरतेज सिंह दा संस्कार करन लई उन्हां वल्लों दरखास्त दित्ती गई सी, पर उन्हां दी सुनवाई नहीं हुई। ਤਾਂ ਬੱਚਿਆਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਪਿਤਾ ਤਕਰੀਬਨ 7 ਸਾਲ ਤੋਂ ਲੁਧਿਆਣਾ ਦੀ ਔਰਤ ਨਾਲ ਰਹਿ ਰਿਹਾ ਸੀ ਅਤੇ ਅਕਸਰ ਉਹਨਾਂ ਨੂੰ ਆ ਕੇ ਮਿਲਦਾ ਸੀ ਅਤੇ ਇਹ ਡਰ ਜਤਾਉਂਦਾ ਸੀ ਕਿ ਉਸ ਨਾਲ ਕਦੇ ਵੀ ਗਲਤ ਹੋ ਸਕਦਾ ਏ। ਇਸ ਤੋਂ ਬਾਅਦ ਪਰਿਵਾਰ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ। ਜਿਹੜੀ ਅਸਥੀਆਂ ਨੇ ਹੁਣ ਉਹ ਮਤਲਬ ਕੱਲ ਦਾ ਕਰਾਂਗੇ ਜੋ ਵੀ ਹੋਊਗਾ ਜੀ, ਹੈ ਨਾ, ਉਹ ਸਾਨੂੰ ਹੱਕ ਦਿੱਤਾ ਜਾਵੇ ਜੀ, ਹੈ ਨਾ, ਪ੍ਰੋਪਰ ਅੱਗੇ ਦਾ ਤੇ ਸਲਿੱਪ ਵਗੈਰਾ ਜੋ ਵੀ ਹੁੰਦੀ ਹੈ ਇੱਥੇ ਦਾ, ਹੈ ਨਾ, ਸਾਨੂੰ ਉਦਾਂ ਪਤਾ ਨਹੀਂ। ਮਤਲਬ ਕਿਹਨਾਂ ਦੇ ਸ਼ੱਕ ਹੈਗਾ ਵੀ? ਸ਼ੱਕ ਹੈ ਆਪਾਂ ਨੂੰ ਜੀ ਜਸਵੰਤ ਕੌਰ ਤੇ ਉਹਨਾਂ ਦੇ ਸਾਰੇ ਪਰਿਵਾਰ ਤੇ ਜੀ। ਜਸਵੰਤ ਕੌਰ ਕੌਣ ਹੈ? ਜਸਵੰਤ ਕੌਰ ਲੇਡੀ ਹੈ ਜੀ, ਜਿਹਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਰਹਿੰਦੇ ਸੀਗੇ ਜੀ। ਕੋਈ ਤੇ ਮੈਂ ਤੁਹਾਨੂੰ ਦੱਸਦਾ ਜੀ ਗੱਲ ਕੀ ਹੋਈ ਸੀਗੀ। ਐਕਚੁਅਲ ਸਾਡੇ ਫਾਦਰ ਸਾਹਿਬ ਸਾਨੂੰ 1.5-2 ਮਹੀਨਾ ਪਹਿਲਾਂ ਮਿਲੇ ਸੀਗੇ ਜੀ ਅੰਬਾਲਾ ਹੀ ਰੋਡ ਵਿੱਚ, ਹੈ ਨਾ ਜੀ, ਉੱਥੇ ਬਾਹਰ ਹੀ ਆਪਾਂ ਗੱਡੀ 'ਚ ਬਹਿ ਕੇ ਆਹੀ ਗੱਲ ਕਰੀ ਸੀਗੀ। ਉਹ ਕਹਿੰਦੇ ਜੀ ਕਿ ਮੈਨੂੰ ਡਰ ਹੈ ਵੀ ਇਸ ਵੀ ਮੈਂ ਤਾਂ ਆਉਣਾ ਚਾਹੁੰਦਾ ਵੀ ਤੁਸੀਂ, ਹੈ ਨਾ, ਇੱਦਾਂ ਇੱਦਾਂ ਕਰਕੇ ਕੇਸ ਦਾ ਉਹ ਕਰ ਲਓ। ਮੈਂ ਕੇਸ ਦੀ ਕੋਈ ਗੱਲ ਹੀ ਨਹੀਂ, ਉਹ ਤਾਂ ਘਰ ਦੀ ਗੱਲ ਹੈ ਆਪਣੀ ਵੀ ਤੁਸੀਂ ਆ ਜਾਓ, ਪਰ ਇਹ ਕਹਿ ਰਹੇ ਵੀ ਮੈਨੂੰ ਡਰ ਹੈ ਵੀ ਇਹ ਕੁਛ ਨਾ ਕੁਛ ਕਰਨ ਦੇਣਗੇ ਜਾਂ ਫਿਰ ਕੇਸ ਪਾ ਦੇਣਗੇ ਮੇਰੇ ਤੇ, ਹੈ ਨਾ, ਵੀ ਮੇਰੇ ਨਾਲ ਗਲਤ ਕੰਮ ਕਰਿਆ। ਪਰ ਉਹ ਰਹਿ ਰਹੀ ਸੀ ਆਪਣੀ ਰਜਾਮੰਦੀ ਨਾਲ ਹੀ ਜੀ, ਹੈ ਨਾ, ਵੀ ਤੇ ਨਾਲੇ ਇਹ ਪ੍ਰੂਫ ਚੱਕੀ ਫਿਰਦੀ ਹੈ ਜੀ, ਹੈ ਨਾ, ਇਹ ਰਹਿ ਰਹੇ ਹਾਂ ਜੀ ਘੱਟੋ ਘੱਟ 6-7 ਸਾਲ ਹੋ ਗਏ ਜੀ, 6-7 ਸਾਲ ਤੋਂ ਨਾਲ ਰਹਿ ਰਹੇ ਹਾਂ ਜੀ ਇੱਦਾਂ ਹੀ। ਵੀ ਸਾਡੇ ਉੱਧਰ ਅੰਬਾਲੇ ਮਤਲਬ ਵਿੱਚ ਵਿੱਚ ਆਈ ਜਾਂਦੇ ਸੀਗੇ ਜੀ, ਕਦੇ ਚਲੇ ਜਾਂਦੇ ਸੀਗੇ ਜੀ। ਇੱਦਾਂ ਨਾ ਰਹਿਣ ਦਾ ਆਹੀ ਹੈ ਜੀ ਕਾਰਨ, ਬਸ ਆਹੀ ਮਤਲਬ ਲੇਡੀਜ਼ ਹੈ ਜਿਹੜੀ ਇਹ ਮਤਲਬ ਪਹਿਲਾਂ ਤਾਂ ਉੱਦਾਂ ਕਿਤੇ ਮਿਲੇ ਹੋਣੇ ਜੀ, ਹੈ ਨਾ, ਮਤਲਬ ਡਰਾਈਵ ਵਗੈਰਾ ਤੇ ਹੋਣੇ ਕਿਤੇ ਪੂਰਾ, ਹੈ ਨਾ, ਬਲੈਕਮੇਲ ਵਗੈਰਾ ਸ਼ੁਰੂ ਕਰਤਾ ਜੀ ਲੇਡੀਜ਼ ਨੇ। ਤੇ ਮਤਲਬ ਉਹ ਡਰ ਇਹ ਸੀਗਾ ਸਟਾਰਟਿੰਗ 'ਚੋਂ ਹੀ ਉਹਨਾਂ ਨੂੰ ਜੀ, ਫਾਦਰ ਸਾਹਿਬ ਨੂੰ, ਫਾਦਰ ਸਾਹਿਬ ਨੂੰ ਡਰ ਆਈ ਸੀਗਾ ਜੀ ਵੀ, ਹੈ ਨਾ, ਰੇਪ ਦਾ ਪਾ ਦੇਣਗੇ ਜਾਂ ਕੁਛ ਵੀ, ਬਲੈਕਮੇਲ ਪੂਰਾ ਕਰਦੀ ਸੀਗੀ ਜੀ ਉਹ, ਹੈ ਨਾ। ਅਤੇ ਆਪਾਂ ਨੂੰ ਉਹ ਕਹਿੰਦੇ ਵੀ ਰਹਿੰਦੇ ਸੀਗੇ ਵੀ ਮੈਨੂੰ ਡਰ ਹੈ, ਅਤੇ ਆਪਾਂ ਵੀ ਕਹਿੰਦੇ ਰਹਿੰਦੇ ਵੀ ਤੁਸੀਂ ਕੋਈ ਚੱਕਰ ਨਹੀਂ, ਤੁਸੀਂ ਸਾਨੂੰ ਦੱਸੋ ਗੱਲ ਵੀ ਕੋਈ ਪ੍ਰੋਬਲਮ ਨਹੀਂ, ਆਪਾਂ ਨਾਲ ਹਾਂ ਤੁਹਾਡੇ ਕੋਈ, ਜੋ ਗਲਤੀ ਹੋ ਗਈ ਉਹ ਤਾਂ ਹੋ ਹੀ ਜਾਂਦੀ, ਚਲੋ ਸਭ ਤੋਂ ਹੋ ਜਾਂਦੀ, ਹੈ ਨਾ ਜੀ। ਅਤੇ ਉਹ ਤੋਂ ਬਾਅਦ ਜੀ ਹੁਣ ਆਪਾਂ ਨੂੰ ਜੋ ਮੇਨ ਮੁੱਦਾ ਜੀ ਅੱਜ ਦੀ ਗੱਲ ਹੈ ਵੀ ਇਹ ਮਤਲਬ ਪਹਿਲਾਂ ਵੀ ਵੈਸੇ ਤਾਂ ਧਮਕੀਆਂ ਦਿੰਦੀ ਹੋ ਸੀਗੀ ਇਹੋ ਜਿਹੀ ਵੀ ਮੈਂ ਰੇਪ ਦਾ ਪਾ ਦਾਂਗੀ ਤੁਹਾਡੇ 'ਤੇ, ਇਹ ਕਰ ਦਾਂਗੀ, ਪਰ ਰਹਿੰਦੀ ਆਪਣੀ ਮਰਜ਼ੀ ਨਾਲ ਸੀਗੀ, ਹੈ ਨਾ। ਅਤੇ ਹੁਣ ਅੱਜ ਦਾ ਜੋ ਮੇਨ ਮੁੱਦਾ ਜੀ, ਇੱਕ ਤਾਂ, ਹੈ ਨਾ, ਆਪਾਂ ਨੂੰ ਇਹਨਾਂ ਨੇ ਸਾਲਿਆਂ ਵੀ ਪੋਸਟਮਾਰਟਮ ਨਹੀਂ ਕਰਨ ਦਿੱਤਾ ਜੀ, ਸੰਸਕਾਰ ਦਾ ਚਲੋ ਬਾਅਦ ਦੀ ਗੱਲ ਸੀਗੀ, ਪਹਿਲਾਂ ਤਾਂ ਆਪਾਂ ਨੂੰ ਆਪਣਾ ਸ਼ੱਕ ਸੀਗਾ ਜਿਹੜਾ ਹੁਣ ਯਕੀਨ 'ਚ ਹੀ ਬਦਲ ਗਿਆ ਜੀ, ਜਿਹੜਾ ਵੀ ਆਹ ਗੱਲ ਹੋ ਕੇ ਜੀ ਇਹਨਾਂ ਨੇ ਸਾਡੇ ਪਿੱਠ ਪਿੱਛੇ ਸੰਸਕਾਰ ਕਰਤਾ ਜੀ, ਉਹ ਕਾਰਵਾਈ ਬਿਲਕੁਲ ਨਹੀਂ ਕਰਨ ਦਿੱਤੀ ਇਹਨਾਂ ਨੇ ਪੋਸਟਮਾਰਟਮ ਦੀ। ਅਤੇ ਹੁਣ ਆਪਾਂ ਨੂੰ ਆਹੀ ਹੈ ਜੀ ਮੇਨ, ਸਾਨੂੰ ਜਿਹੜੇ ਅਫਸਰ ਵੀ ਰਲੇ ਹੋਏ ਆ ਜੀ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ ਸਖ਼ਤ ਤੋਂ ਸਖ਼ਤ। ਜਿਹੜਾ ਹੈ ਜੀ ਇੱਕ ਦਾ ਨਾਮ ਹੈ ਜੀ ਬਲਦੇਵ ਰਾਜ, ਇੱਕ ਦਾ ਨਾਮ ਕੀ ਸੀਗਾ ਜੀ ਕੁਲਵਿੰਦਰ ਸਿੰਘ ਜੀ, ਅਤੇ ਇਹਨ ਦੋ ਅਫਸਰਾਂ 'ਤੇ ਪੂਰੀ ਕਾਰਵਾਈ ਕੀਤੀ ਜਾਵੇ ਸਖ਼ਤ ਤੋਂ ਸਖ਼ਤ। ਅਤੇ ਜਿਹੜਾ ਜਸਵੰਤ ਕੌਰ ਦਾ ਪਰਿਵਾਰ ਹੈ ਜੀ ਉਹਨਾਂ 'ਤੇ ਵੀ ਪੂਰੀ ਕਾਰਵਾਈ ਕਾਨੂੰਨੀ ਕਰੀ ਜਾਵੇ ਜੀ, ਸਾਡੀ ਆਹੀ ਮੰਗ ਹੈ ਜੀ, ਬਸ ਹੱਥ ਜੋੜ ਕੇ ਜੀ ਵੀ ਇੰਨੀ ਕੁ ਬੇਨਤੀ ਹੈ ਜੀ, ਅਤੇ ਆਪਾਂ ਨੂੰ ਪੂਰਾ ਹੱਕ ਦਿੱਤਾ ਜਾਵੇ ਆਪਣੇ ਫਾਦਰ ਸਾਹਿਬ ਦਾ ਜੋ ਵੀ ਹੈ ਜੀ। ਦੂਸਰੇ ਪਾਸੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਮ੍ਰਿਤਕ ਗੁਰਤੇਜ ਸਿੰਘ ਦਾ ਦੂਸਰਾ ਵਿਆਹ ਵੀ ਹੋਇਆ ਸੀ ਅਤੇ ਉਹਨਾਂ ਵੱਲੋਂ ਪਾਸਪੋਰਟ ਅਤੇ ਇੱਕ ਬੈਂਕ ਖਾਤੇ ਵਿੱਚ ਲੁਧਿਆਣਾ ਰਹਿ ਰਹੀ ਔਰਤ ਦਾ ਨਾਂ ਲਿਖਾਇਆ ਗਿਆ ਸੀ। ਇੱਕ ਲੜਕਾ ਸੀ ਪਰਮਿੰਦਰ ਸਿੰਘ, ਸਨ ਆਫ ਗੁਰਤੇਜ ਸਿੰਘ, ਇਹ ਬਲਦੇਵ ਨਗਰ ਵਾਲੇ ਰਹਿੰਦੇ ਆ। ਕਾਹਲੇ ਨੇ ਆ ਕੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਵੀ ਮੇਰੇ ਫਾਦਰ ਗੁਰਤੇਜ ਸਿੰਘ ਦੀ ਅਚਾਨਕ ਡੈਥ ਹੋ ਗਈ ਆ ਅਤੇ ਸਾਨੂੰ ਉਹ ਇੱਥੇ ਪਿਛਲੇ 8-10 ਸਾਲ ਤੋਂ ਰਹਿ ਰਿਹਾ ਕਿਸੇ ਲੇਡੀਜ਼ ਕੋਲ, ਸਾਨੂੰ ਉਹਦੀ ਡੈੱਡ ਬੋਡੀ ਦਵਾਈ ਜਾਵੇ। ਚਲੋ ਅਸੀਂ ਦੋਵਾਂ ਧਿਰਾਂ ਨੂੰ ਬੁਲਾਇਆ, ਬੁਲਾ ਕੇ ਦੋਵਾਂ ਧਿਰਾਂ ਦੇ ਕਾਗਜ਼ ਦੇਖੇ, ਪਤਾ ਲੱਗਾ ਵੀ ਇਹ ਜਿਹੜਾ ਗੁਰਤੇਜ ਸਿੰਘ ਆ ਸਨ ਆਫ ਜਗਦੀਸ਼ ਸਿੰਘ, ਇੱਥੇ ਪ੍ਰੇਮ ਵਿਆਹ ਟਿੱਬਾ ਰੋਡ ਲੁਧਿਆਣਾ 'ਤੇ ਜਸਵੰਤ ਕੌਰ ਦੀ ਨਾਂ ਦੀ ਲੇਡੀਜ਼ ਆ, ਉਹਦੇ ਕੋਲ ਪਿਛਲੇ 10 ਸਾਲ ਤੋਂ ਰਹਿ ਰਿਹਾ ਸੀ। ਔਰ ਇਹਨਾਂ ਨੇ ਮੈਰਿਜ ਕਰਵਾਈ ਸੀ, ਦੋਵਾਂ ਨੇ ਮੈਰਿਜ ਕਰਵਾਈ ਸੀ, ਜਿਹਦੇ ਸੰਬੰਧੀ ਜਸਵੰਤ ਕੌਰ ਨੇ ਪ੍ਰੂਫ ਪੇਸ਼ ਕੀਤੇ। ਜਿਹੜਾ ਮ੍ਰਿਤਕ ਗੁਰਤੇਜ ਸਿੰਘ ਆ ਉਹਦਾ ਪਾਸਪੋਰਟ ਜਿਹੜਾ ਬਣਿਆ ਉਹਦੀ ਉਹਨੇ ਵਾਈਫ ਆਫ ਆਪਣੀ ਵਾਈਫ ਦਾ ਨਾਂ ਜਸਵੰਤ ਕੌਰ ਲਿਖਾਇਆ, ਲੁਧਿਆਣੇ ਵਾਲੀ ਲੇਡੀਜ਼ ਦਾ ਨਾਂ। ਉਸ ਤੋਂ ਬਾਅਦ ਇਹਨਾਂ ਦੋਵਾਂ ਦਾ ਐਜ ਏ ਮੀਆਂ ਬੀਬੀ ਇਹ ਮਤਲਬ ਇਕੱਠਾ ਅਕਾਊਂਟ ਆ ਬੈਂਕ ਦੇ ਵਿੱਚ, ਅਤੇ ਜਿਹੜਾ ਜਸਵੰਤ ਕੌਰ ਦਾ ਵੀ ਪਾਸਪੋਰਟ ਬਣਿਆ ਉਹਦੇ ਵਿੱਚ ਵੀ ਉਹਨੇ ਆਪਣੇ ਹਸਬੈਂਡ ਦਾ ਨਾਂ ਗੁਰਤੇਜ ਸਿੰਘ ਲਿਖਾਇਆ। ਇਸ ਤੋਂ ਇਲਾਵਾ 2015 'ਚ ਇਹਨੇ ਜਸਵੰਤ ਕੌਰ ਨੇ ਇਹਨਾਂ ਦੇ ਖਿਲਾਫ਼ ਇਹਦੇ ਘਰਦਿਆਂ ਦੇ ਖਿਲਾਫ਼ ਲਾਇਆ ਸੀ, ਰਿਟ ਪਟੀਸ਼ਨ ਲਾਈ ਸੀ ਮਾਨਯੋਗ ਹਾਈਕੋਰਟ ਵਿੱਚ ਵੀ ਇਹ ਮੇਰੇ ਘਰ ਵਾਲੇ ਨੂੰ ਹੀ ਜਿਹੜਾ ਡਿਟੈਨਿਊ ਕਰਕੇ ਰੱਖਿਆ। ਉਸ ਤੋਂ ਬਾਅਦ ਵਿੱਚ ਹਾਈਕੋਰਟ ਦੇ ਆਰਡਰ ਨਾਲ ਫਿਰ ਉੱਥੋਂ ਉਹਨੂੰ
रिकवर करके इनू जिहड़ा मृतक गुरतेज सिंह इहनू फिर लुधियाणे भेजा गया सी। 2015 दे विच इहदे गुरतेज सिंह दे वारसां ने ते FIR नंबर 241 2015 च दर्ज कराई सी वी साडे फादर ने मदर तो बिना तलाक लए तो इत्थे मैरिज करवा ली आ। ਇਹ ਦੋਵਾਂ ਦੇ ਖਿਲਾਫ FIR ਵੀ ਦਰਜ ਆ। ਇਹ ਬੰਦਾ 10 ਸਾਲ ਤੋਂ ਇੱਥੇ ਰਹਿ ਰਿਹਾ ਸੀ, ਮਤਲਬ ਕੱਲ੍ਹ ਤੱਕ ਤਾਂ ਇਹ ਬੋਡੀ ਲਿਜਾਣਾ ਚਾਹੁੰਦੇ ਸੀ। ਉਹ ਜਿਹੜੀ ਸੈਕਿੰਡ ਲੇਡੀ ਆ ਜਸਵੰਤ ਕੌਰ, ਉਹ ਡੈੱਡ ਬੋਡੀ ਨਹੀਂ ਦੇਣਾ ਚਾਹੁੰਦੀ ਸੀ ਅਤੇ ਉਹ ਤੋਂ ਬਾਅਦ ਉਹਨੇ ਇਹ ਕਿਹਾ ਸੀ ਇਹਨਾਂ ਨੂੰ ਵੀ ਚਲੋ ਆਪਾਂ ਇਕੱਠੇ ਸੰਸਕਾਰ ਕਰ ਲੈਂਦੇ ਹਾਂ। ਅੱਜ ਨਹੀਂ 12:30 ਹੁਣੇ 1 ਵਜੇ ਦੇ ਆ ਕੇ ਕਰੀਬ ਇਹਦੇ ਦੂਜੇ ਬੇਟੇ ਨੇ ਦਰਖਾਸਤ ਦੇ ਦਿੱਤੀ ਬਈ ਸਾਨੂੰ ਜੀ ਫਾਦਰ ਦੀ ਮੌਤ 'ਤੇ ਸ਼ੱਕ ਆ ਅਤੇ ਮੈਂ ਸਮੇਤ ਫੋਰਸ ਦੇ ਵੀ ਉਹਦਾ ਸੰਸਕਾਰ ਕਰਨ ਲਈ ਲੈ ਕੇ ਜਾ ਰਹੇ ਹਾਂ। ਮੈਂ ਉੱਥੇ ਸੁਭਾਸ਼ ਨਗਰ ਸ਼ਮਸ਼ਾਨ ਘਾਟ ਗਿਆ, ਉੱਥੋਂ ਪਤਾ ਕੀਤਾ ਉਹਨਾਂ ਨੇ ਇਹਦਾ ਕਰੀਬ 2 ਘੰਟੇ ਪਹਿਲਾਂ ਸੰਸਕਾਰ ਕਰਤਾ ਸੀ। ਨਹੀਂ ਪੋਸਟਮਾਰਟਮ ਕੱਲ੍ਹ ਦਾ ਜੀ ਕੋਈ ਜ਼ਿਕਰ ਨਹੀਂ ਕੀਤਾ ਇਹਦੇ ਬਾਰੇ ਵੀ ਸਾਨੂੰ ਕੋਈ ਇਹਦੀ ਮੌਤ ਬਾਰੇ ਸ਼ੱਕ ਆ ਜਾਂ ਕੋਈ ਹੋਰ ਗੱਲਬਾਤ ਆ ਜਾਂ ਨਹੀਂ। ਕੱਲ੍ਹ ਹੀ ਨਹੀਂ ਜਿਹੜੀ ਸਾਨੂੰ ਕੰਪਲੇਂਟ ਦਿੱਤੀ ਮੈਂ ਉਹਨੂੰ ਸੁਣਿਆ ਵੀ ਬੁਲਾਇਆ ਵੀ ਦੋਵਾਂ ਪਾਰਟੀਆਂ ਨੂੰ, ਉਦੋਂ ਇਹਨਾਂ ਨੇ ਕੋਈ ਸ਼ੱਕ ਨਹੀਂ ਜ਼ਾਹਰ ਕੀਤਾ ਨਾ ਕੋਈ ਪੋਸਟਮਾਰਟਮ ਬਾਰੇ ਜ਼ਿਕਰ ਕੀਤਾ। ਉਹ ਮੁੜ ਕੇ ਜਦੋਂ ਲੇਡੀਜ਼ ਨੇ ਇਹਨਾਂ ਨੂੰ ਡੈੱਡ ਬੋਡੀ ਦੇਣ ਤੋਂ ਇਨਕਾਰ ਕਰਤਾ ਫਿਰ ਇਹ ਪੋਸਟਮਾਰਟਮ ਵਾਲੇ ਪਾਸੇ ਨੂੰ ਹੋਇਆ। ਉਹ ਵੀ ਮਤਲਬ ਸਾਢੇ 12 ਵਜੇ ਆ ਕੇ ਸਾਡੇ ਕੋਲ ਕੰਪਲੇਂਟ ਕਰਦੇ ਆ, ਇਹ 11 ਵਜੇ ਉਹਦਾ ਸੰਸਕਾਰ ਹੋ ਜਾਂਦਾ। ਸਰ ਇੱਕ ਹੋਰ ਇਹਨਾਂ ਨੂੰ ਇਲਜ਼ਾਮ ਲਗਾਇਆ ਕਿ ਸਾਨੂੰ ਪੁਲਿਸ ਨੇ ਗੁੰਮਰਾਹ ਕੀਤਾ ਕਿ ਜਦੋਂ ਉੱਥੇ ਸਾਡੇ ਪਿਓ ਦਾ ਸੰਸਕਾਰ ਹੋ ਰਿਹਾ ਸੀ ਔਰ ਸਾਨੂੰ ਗਲੀਆਂ ਦੇ ਵਿੱਚ ਹੀ ਘੁਮਾਈ। ਨਾ ਬਿਲਕੁਲ ਨਹੀਂ, ਬਿਲਕੁਲ ਨਹੀਂ, ਇਹਦੀ ਰਿਕਾਰਡਿੰਗ ਕਢਾਈ ਜਾ ਸਕਦੀ ਆ ਵੀ ਇਹ ਨਾਲ ਸੀਗੇ ਗੱਡੀ ਦੇ ਵਿੱਚ, ਤਕਰੀਬਨ ਕੁਛ ਮੁਲਾਜ਼ਮ ਜਿਹੜੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਵੀ ਬਹਿ ਕੇ ਗਏ ਆ, ਕੁਛ ਆਪਣੀ ਗੱਡੀ ਪ੍ਰਾਈਵੇਟ ਗੱਡੀਆਂ 'ਤੇ ਗਏ ਆ, ਇਹਨਾਂ ਦੀਆਂ ਗੱਡੀਆਂ ਦੇ ਵਿੱਚ ਵੀ ਮੁਲਾਜ਼ਮ ਬਹਿ ਕੇ ਗਏ ਆ, ਇਹ ਗਲਤ ਇਲਜ਼ਾਮ। ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ 'ਤੇ ਆਪਣਾ ਪ੍ਰਤੀਕਰਮ ਦੇ ਦਿੱਤਾ ਗਿਆ ਏ, ਪਰ ਹੁਣ ਦੋਹਾਂ ਪਰਿਵਾਰਾਂ ਵਿੱਚ ਫਸੇ ਗੁਰਤੇਜ ਸਿੰਘ ਦੀਆਂ ਆਖਰੀ ਰਸਮਾਂ ਕੌਣ ਪੂਰੀਆਂ ਕਰਦਾ ਏ ਅਤੇ ਇਸ ਮਾਮਲੇ ਦਾ ਕੀ ਅੰਜਾਮ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਹਕੀਕਤ TV ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।